ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ। ਜਲੰਧਰ ਤੋਂ ਪੰਜਾਬ ਪੁਲਿਸ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਕਾਂਗਰਸੀ ਕੌਂਸਲਰ ਦੀ ਸ਼ਿਕਾਇਤ 'ਤੇ ਪੁਲਿਸ ਬੱਚੇ ਨੂੰ ਥਾਣੇ ਲੈ ਗਈ ਅਤੇ ਉੱਥੇ ਲਿਜਾ ਕੇ ਉਸਦੀ ਕੁੱਟਮਾਰ ਕੀਤੀ। ਜਾਣਕਾਰੀ ਮੁਤਾਬਿਕ ਬੱਚਾ ਮਹਿਜ ਆਪਣੀ ਗੇਂਦ ਲੈਣ ਲਈ ਦੂਸਰੇ ਪਲਾਟ ਵਿੱਚ ਗਿਆ ਸੀ। ਪੀੜਤ ਬੱਚੇ ਮੁਤਾਬਿਕ ਪੁਲਿਸ ਨੇ ਉਸਦਾ ਮੋਬਾਈਲ ਖੋਹ ਲਿਆ। ਇਸ ਦੌਰਾਨ ਕੌਂਸਲਰ ਖੁਦ ਥਾਣੇ ਪਹੁੰਚੀ ਪਰ ਮੀਡੀਆ ਟੀਮ ਦੇਖ ਕੇ ਮੌਕੇ 'ਤੇ ਫਰਾਰ ਹੋ ਗਈ। ਪੀੜਤ ਬੱਚੇ ਦੀ ਛੋਟੀ ਭੈਣ ਨੇ ਰੋਂਦੇ ਹੋਏ ਸਾਰੀ ਵਾਰਦਾਤ ਦੱਸੀ। ਪਰਿਵਾਰ ਵਾਲੇ ਆਪਣੇ ਬੱਚੇ ਦੀ ਕੁੱਟਮਾਰ ਦੀ ਖਬਰ ਸੁਣ ਕੇ ਮੌਕੇ 'ਤੇ ਪੁਲਿਸ ਸਟੇਸ਼ਨ ਪਹੁੰਚੇ ਅਤੇ ਇਨਸਾਫ਼ ਦੀ ਮੰਗ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਨਿਕਲੇ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਮਤਲਬ ਕਿ ਭੈਣ ਭਰਾ ਬਾਲ ਖੇਡਦੇ ਪਏ ਸੀ ਤੇ ਬਾਲ ਉੱਧਰ ਚਲਾ ਗਿਆ ਸੀ, ਮਤਲਬ ਮੇਰਾ ਭਰਾ ਲੈਣ ਗਿਆ ਸੀ ਉਹਨਾਂ ਦੇ ਪਲਾਟ 'ਚ ਤੇ ਮੇਰਾ ਭਰਾ ਬਾਲ ਲੈਣ ਗਿਆ ਸੀ ਤੇ ਉਹਨਾਂ ਨੇ ਫੜ ਲਿਆ ਵੀ ਕਿਉਂ ਆਇਆ ਇੱਥੇ ਤੇ ਉਹ ਚੱਕ ਫਿਰ ਇੱਥੇ ਲੈ ਕੇ ਆ ਗਏ ਇਹਨਾਂ ਨੂੰ, ਫਿਰ ਇਹਨੂੰ ਕੁੱਟਮਾਰ ਕੀਤੀ। ਪਤਾ ਨਹੀਂ ਸਾਨੂੰ ਅੰਦਰ ਵੀ ਨਹੀਂ ਵੜਨ ਦਿੱਤਾ ਸੀ ਬਾਅਦ 'ਚ। ਨਾਲ ਦੇ ਪਲਾਟ 'ਚ ਚੱਲ ਗਿਆ ਤੇ ਉਹ ਆ ਕੇ ਨਾ ਮਤਲਬ ਕਿ ਆਂਟੀ ਕਹਿੰਦੀ ਕੀ ਕਰਦੇ ਪਏ ਤੇ ਨਾਲੇ ਮੈਂ ਕਿਹਾ ਆਂਟੀ ਬੋਲ ਚੱਕਿਆ, ਨਾਲੇ ਉਹਨਾਂ ਨੇ ਉਹਨਾਂ ਨੂੰ ਭੇਜਿਆ ਕਹਿੰਦਾ ਅੰਕਲ ਜਿਹੜਾ ਉਹਨਾਂ ਨੂੰ ਭੇਜ ਕੇ ਮੁੜ ਕੇ ਉਹਨਾਂ ਨੇ ਬੁਲਾਇਆ ਮੈਨੂੰ ਮਤਲਬ ਕਿ ਘਰ ਆ ਕੇ ਮਤਲਬ ਫਿਰ ਉਹਦੇ ਬੰਮ ਚੱਲ ਗਏ। ਅੱਧੇ ਘੰਟੇ ਬਾਅਦ ਆਏ ਪੁਲਿਸ ਲੈ ਕੇ, ਪੁਲਿਸ ਆਈ ਘਰੇ ਲੈ ਕੇ ਆਈ ਫਿਰ ਉੱਥੇ ਚਪੇੜਾਂ ਮਾਰਨ ਲੱਗ ਪਈ। ਜਿੱਥੇ ਬਾਲ ਡਿੱਗੀ ਸੀ ਉਹ ਖਾਲੀ ਪਲਾਟ ਸੀ? ਖਾਲੀ ਪਲਾਟ ਸੀ, ਉੱਥੇ ਕੋਈ ਨਹੀਂ ਸੀਗਾ। ਕਿੰਨੇ ਮਾਰੇ? ਕਿੰਨੇ ਮਾਰੇ ਅੰਕ? ਪੁਲਿਸ ਵਾਲੇ ਨੇ। ਕਿਹੜੇ ਪੁਲਿਸ ਵਾਲੇ? ਉਹ ਜਿਹੜੇ ਹਾਂ ਨਹੀਂ ਨਹੀਂ ਦੂਸਰਾ ਹਵਲਦਾਰ ਨੇ ਤੁਹਾਨੂੰ ਚਪੇੜਾ ਮਾਰੀ ਹੈ ਕਿ ਤੇੜਾ ਨਾਲ ਜਿਹੜੀ ਕਾਉਂਸਲਰ ਆਈ ਸੀਗੀ ਆ ਉਹਨਾਂ ਦੇ ਨਾਲ ਜਿਹੜੇ ਬੰਦੇ ਸੀ ਉਹਨਾਂ ਨੇ ਵੀ ਤੁਹਾਨੂੰ ਮਾਰਿਆ ਹੈਗਾ? ਉਹ ਨਹੀਂ, ਉਹਨਾਂ ਨੇ ਘਰ ਆ ਕੇ ਮਤਲਬ ਦਬਕੇ ਦੁਬਕੇ ਨਮਕੀ ਨਮਕੀ ਦਿੱਤੀ ਆ ਕਿ ਮਤਲਬ ਮਤਲਬ ਕਿ ਤੂੰ ਤੂੰ ਮਤਲਬ ਤੁਹਾਨੂੰ ਇੱਥੇ ਮਤਲਬ ਖਾਲੀ ਖੁੱਲੀ ਕਰਾ ਕੇ ਤੁਹਾਨੂੰ ਇੱਦਾਂ ਉੱਦਾਂ ਕਰਾਂਗੇ ਐ ਉਹ ਬੋਲਿਆ ਮਤਲਬ ਕਿ ਤੁਹਾਡੇ ਨਾਲ ਇੱਦਾਂ ਉੱਦਾਂ ਹੋਊਗਾ ਇੱਦਾਂ। ਮੈਂ ਤਾਂ ਪਿੱਛੇ ਤੇ ਉਹ ਜੋ ਮਕਾਨ ਮਾਲੀ ਥਾ ਉਹ ਦੂਸਰੇ ਸੇ ਫਿਟਵਾਇਆ ਮੇਰੇ ਬੇਟਾ ਕੋ ਜਿਸਕੇ ਪਲਾਟ ਮੇ ਬੋਲ ਗਿਆ ਥਾ। ਅਬ ਆਪ ਕਿਆ ਚਾਹਤੇ? ਇਨਸਾਫ ਚਾਹਤੇ? ਹਾਂ ਇਨਸਾਫ ਚਾਹਤੇ ਸਰ। ਮੈਂ ਪਰਦੇਸ ਮੇ ਰਹਤੇ ਇਤਨੇ ਦੂਰ ਕੇ ਸਫਰ ਮੇ ਮੈਂ ਬੱਚੋ ਪੜਾ ਰਹੇ ਪਰਦੇਸ ਮੇ ਰਹਨ ਮੁਝੇ ਬਾਰ ਬਾਰ ਮਾਸੂਮ ਬੇਟੀ ਪੇ ਇਲਜ਼ਾਮ ਲਗਾਤੇ ਪਲਾਟ ਮਾਲੀ ਗਲੀ ਵਿੱਚ ਨਹੀਂ ਨਿਕਲ ਲੈਂਦੇ ਤਾਂ ਮੁਝੇ ਤੋ ਚੀਨੇ ਆਰਾਮ ਕਰ ਦਿਆ ਵਾਮ ਮੇ। ਆਪਕੀ ਪਹਿਲੇ ਕੋਈ ਸੇ ਕਭੀ ਲੜਾਈ ਹੋਈ? ચોરી તો મેરે બેટા નહીં કિયા, કોઈ ડાકા તો નહીં ડાલા, ફિર ભી મેરે બેટા કો મારી જા રહા। એક માં કો બેટા કો મારો તો કિતના દર્દ હોતા હૈ સર સામને મે। ਤੁਹਾਡੇ ਨਾਲ ਹੀ ਮੈਂ ਐਂਟਰ ਹੋਇਆ ਤੇ ਹੁਣੇ ਮੇਰੇ ਵੀ ਧਿਆਨ 'ਚ ਆਇਆ ਤੇ ਤੁਹਾਡੇ ਧਿਆਨ 'ਚ ਮੇਰੇ ਨਾਲ 2-4 ਮਿੰਟ ਪਹਿਲਾਂ ਆਇਆ ਤੇ ਮੈਂ ਉਹਨੂੰ ਕ੍ਰੋਸ ਚੈੱਕ ਕਰਦਾ ਕੀ ਕਹਾਣੀ ਹੈ ਕੀ ਗੱਲ ਹੈ। ਉਹ ਚੈੱਕ ਕਰਕੇ ਜੋ ਵੀ ਜੇ ਫਾਲਟ ਹੋਇਆ ਤੇ ਉਹਦੇ ਖਿਲਾਫ ਜੋ ਬਣਦੀ ਕਾਰਵਾਈ ਕਰਾਂਗੇ। ਬ੍ਰਦਰ ਮੈਂ ਤੁਹਾਨੂੰ ਪਹਿਲਾਂ ਦੱਸਦਾ ਹਟਾ ਕਿ ਆਪਾਂ ਸਾਰੇ ਉੱਥੇ ਸੀ, ਪ੍ਰੈਸ ਕਾਨਫਰੰਸ ਸੀ ਸਾਰੇ। ਤੁਸੀਂ ਪ੍ਰੈਸ ਕਾਨਫਰੰਸ ਤੇ ਨਹੀਂ ਸੀ ਹੈਗੇ, ਠੀਕ ਹੈ ਜੀ? 3 ਘੰਟੇ ਪਹਿਲਾਂ ਬੱਚੇ ਨੂੰ ਲਿਆਂਦਾ ਗਿਆ, ਕਿਹੜੇ ਜੁਰਮ ਚ ਉਹਨੂੰ ਇੱਥੇ ਥਾਣੇ ਲਿਆਂਦਾ ਗਿਆ? ਕਿਉਂ ਟੌਰਚਰ ਕੀਤਾ ਗਿਆ? ਸਾਰਾ ਮਾਮਲਾ ਦੱਸੋ। ਅਡਰੈਸ ਮਾਮਲੇ ਕਮਰੇ ਦੇ ਵਿੱਚ ਬੱਚੇ ਨਾਲ ਕੁੱਟ ਮਾਰ ਦਿੱਤੀ। ਪਰ ਤੁਹਾਡੇ ਨੌਲੇਜ ਸੀ ਬੰਦ ਮਲਾਇਮ? ਨਹੀਂ, ਮੇਰੇ ਕਮਰੇ ਚ ਨਹੀਂ ਕਿਸੇ ਨੇ ਕੁੱਟ ਮਾਰ ਕੀਤੀ। ਉਹ ਤਾਂ ਇਹ ਕਹਿੰਦੇ ਕਿ ਸਾਨੂੰ ਥਾਣੇ ਚ ਕੁੱਟ ਮਾਰ ਕਰਤੀ, ਜੋ ਮੈਂ ਸੁਣਿਆ ਹਾਂ, ਠੀਕ ਹੈ। ਉਹਦੇ ਵਾਸਤੇ ਮੈਂ ਸਾਰੀ ਚੀਜ਼ ਨੂੰ ਚੈੱਕ ਕਰ ਰਿਹਾ, ਕ੍ਰੋਸ ਚੈੱਕ ਕਰ ਰਿਹਾ ਵੀ ਕੀ ਖਾਣੇ ਸੀ, ਕਿਹੜੀ ਕੰਪਲੇਂਟ 'ਤੇ ਹੋਏ ਆ, ਕੀ ਹੋਇਆ ਕਿ ਨਹੀਂ ਹੋਇਆ। ਜੇ ਸਾਡੇ ਪੁਲਿਸ ਸਟੇਸ਼ਨ ਦੇ ਵਿੱਚ ਵੀ ਕੈਮਰੇ ਲੱਗੇ ਉਹਨਾਂ ਨੂੰ ਵੀ ਚੈੱਕ ਕਰਾਂਗੇ, ਸੀਸੀਟੀਵੀ ਤੇ ਚੈੱਕ ਕਰਾਂਗੇ, ਜਿਹੜੇ ਸਾਡੇ ਥਾਣੇ ਦੇ ਵਿੱਚ ਕੈਮਰੇ ਲੱਗੇ ਉਹਨਾਂ ਨੂੰ ਵੀ ਚੈੱਕ ਕਰਾਂਗੇ। ਜੇਕਰ ਸੱਚ ਬੋਲਣਾ, ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।